ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਮੈਂ ਜਸਪ੍ਰੀਤ ਸਿੰਘ ਲੈ ਕੇ ਆਇਆ ਸੱਭਿਆਚਾਰ ਚੈਨਲ ਤੇ ਗੱਲ ਕਰਾਂਗੇ ਅੱਜ ਆਪਾਂ ਵੀਡੀਓ ਦੇ ਵਿੱਚ ਵਿਆਹਾਂ ਨਾਲ ਜੁੜੇ ਰਸਮ ਰਿਵਾਜ ਦੀ ਤੇ ਦੱਸਾਂਗੇ ਤੁਹਾਨੂੰ ਅੱਜ ਦੇ ਵਿੱਚ ਵੀਡੀਓ ਦੇ ਵਿੱਚ ਚੱਕੀਆਂ ਲਾਉਣੀਆਂ ਦੇ ਬਾਰੇ ਜਿਹੜੀਆਂ ਕਿ ਪਹਿਲਾਂ ਦੇ ਸਮਿਆਂ ਦੇ ਵਿੱਚ ਵਿਆਹਾਂ ਤੋਂ ਦਿਨਾਂ ਤੋਂ ਪਹਿਲਾਂ ਲਾਈਆਂ ਜਾਂਦੀਆਂ ਸੀ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਲਾਉਂਦਾ ਤੇ ਵੀਡੀਓ ਨੂੰ ਅਖੀਰ ਤੱਕ ਦੇਖਣਾ, ਬੜੀ ਇੰਟਰਸਟਿੰਗ ਹੈ, ਤੁਹਾਨੂੰ ਨਾਲੇ ਪਤਾ ਲੱਗੂ ਕਿ ਪੁਰਾਣੀਆਂ ਲੋਪ ਹੋਈਆਂ ਚੀਜ਼ਾਂ ਕਿਹੜੀਆਂ, ਲੋਕ ਰਸਮਾਂ ਰਿਵਾਜ ਕਿਹੜੀਆਂ ਨੇ। ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਚੱਕੀਆਂ ਲਾਉਣੀਆਂ। ਜਦੋਂ ਆਟਾ ਦਾਣਾ ਪੀਣ ਲਈ ਖਰਾਸ ਦੀ ਕਾਢ ਨਹੀਂ ਨਿਕਲੀ ਸੀ, ਉਸ ਸਮੇਂ ਆਟਾ ਦਾਲਾਂ ਦਾਣਾ ਆਦਿ ਇਸਤਰੀਆਂ ਚੱਕੀ ਤੇ ਘਰ ਹੀ ਪੀਂਦੀਆਂ ਸਨ। ਇਸ ਤਰ੍ਹਾਂ ਹੀ ਉਹਨਾਂ ਸਮਿਆਂ ਵਿੱਚ ਜਦ ਮੁੰਡੇ ਕੁੜੀ ਦਾ ਵਿਆਹ ਰੱਖਿਆ ਜਾਂਦਾ ਸੀ ਤਾਂ ਵਿਆਹ ਲਈ ਆਟਾ, ਮੈਦਾ, ਵੇਸਣ, ਦਾਲਾਂ ਆਦਿ ਵਿਆਹ ਤੋਂ 7 ਦਿਨ ਜਾਂ 9 ਦਿਨ ਤੇ ਕਈ ਪਰਿਵਾਰ ਵਿਆਹ ਦੇ ਹੋਣ ਵਾਲੇ ਇਕੱਠ ਨੂੰ ਮੁੱਖ ਰੱਖ ਕੇ 11 ਦਿਨ ਪਹਿਲਾਂ ਹੀ ਪੀਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ। ਚੱਕੀਆਂ 'ਤੇ ਆਟਾ, ਮੈਦਾ, ਵੇਸਣ, ਦਾਲਾਂ ਆਦਿ ਪੀਣ ਨੂੰ ਚੱਕੀਆਂ ਲਾਉਣੀਆਂ ਦੀ ਰਸਮ ਕਹਿੰਦੇ ਸਨ। ਸ਼ਰੀਕੇ ਵਾਲਿਆਂ ਦੇ ਘਰਾਂ ਤੋਂ 7 ਚੱਕੀਆਂ ਇਕੱਠੀਆਂ ਕਰਕੇ ਘਰ ਦੇ ਬਰਾਂਡੇ ਜਾਂ ਦਲਾਨ ਵਿੱਚ ਰੱਖੀਆਂ ਜਾਂਦੀਆਂ ਸਨ। ਸ਼ਰੀਕੇ ਵਾਲੇ ਘਰਾਂ ਵਿੱਚੋਂ ਹੀ 7 ਸੁਹਾਗਣਾਂ ਨੂੰ ਬੁਲਾਇਆ ਜਾਂਦਾ ਸੀ। ਪਹਿਲਾਂ 7 ਦੀਆਂ 7 ਸੁਹਾਗਣਾਂ ਦਾਣਿਆਂ ਦੀ ਇੱਕ ਇੱਕ ਮੁੱਠੀ 7 ਚੱਕੀਆਂ ਵਿੱਚ ਪਾਉਂਦੀਆਂ ਸਨ। ਫਿਰ 7 ਚੱਕੀਆਂ ਨੂੰ ਵਾਰੋ ਵਾਰੀ 7 ਸੁਹਾਗਣਾਂ ਇੱਕ ਇੱਕ ਗੇੜਾ ਦਿੰਦੀਆਂ ਸਨ। ਇਸ ਤਰ੍ਹਾਂ 7 ਚੱਕੀਆਂ 'ਤੇ ਪਿਹਾਈ, ਮਤਲਬ ਕਿ ਪੀਸਣਾ ਸ਼ੁਰੂ ਕੀਤੀ ਜਾਂਦੀ ਸੀ। ਉਸ ਤੋਂ ਪਿੱਛੋਂ ਫਿਰ ਇਕੱਲੀ ਇਕੱਲੀ ਚੱਕੀ ਨੂੰ ਇੱਕ ਇੱਕ ਸੁਹਾਗਣ ਚਲਾਉਣਾ ਸ਼ੁਰੂ ਕਰਦੀ ਸੀ। ਇਸ ਤਰ੍ਹਾਂ ਵਿਆਹ ਲਈ ਪਹਿਲਾਂ ਮਾਂ ਦੀ ਦਾਲ ਵੜੀਆਂ ਲਈ ਪੀਠੀ ਜਾਂਦੀ ਸੀ, ਮਤਲਬ ਪੀਸੀ ਜਾਂਦੀ ਸੀ, ਫਿਰ ਆਟਾ, ਫਿਰ ਮੈਦਾ, ਫਿਰ ਵੇਸਣ, ਫਿਰ ਦਾਲਾਂ ਆਦਿ ਨੂੰ ਪੀਸਿਆ ਜਾਂਦਾ ਸੀ ਜਾਂ ਪੀਠਿਆ ਜਾਂਦਾ ਸੀ। ਇਸ ਸਮੇਂ ਉਬਲੀ ਹੋਈ ਕਣਕ ਵਿੱਚ ਸ਼ੱਕਰ ਰਲਾ ਕੇ ਵੰਡੀ ਜਾਂਦੀ ਸੀ, ਜਿਸ ਨੂੰ ਘੁੰਗਣੀਆਂ ਜਾਂ ਬੱਕਲੀਆਂ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਸੁੱਕੀ ਪੰਜੀਰੀ ਵੰਡੀ ਜਾਂਦੀ ਸੀ। ਉਹਨਾਂ ਸਮਿਆਂ ਵਿੱਚ ਖੇਤੀ ਸਾਰੀ ਬਾਰਿਸ਼ਾਂ, ਮਤਲਬ ਮੀਂਹਾਂ 'ਤੇ ਨਿਰਭਰ ਹੁੰਦੀ ਸੀ। ਥੋੜ੍ਹੀ ਥੋੜ੍ਹੀ ਆਮਦਨ ਹੁੰਦੀ ਸੀ, ਜਿਸ ਕਰਕੇ ਸਾਰੇ ਸ਼ਰੀਕੇ ਵਾਲੇ ਪਰਿਵਾਰ ਇਕੱਠੇ ਹੋ ਕੇ ਮੁੰਡੇ ਕੁੜੀ ਦਾ ਵਿਆਹ ਕਰਦੇ ਹੁੰਦੇ ਸਨ। ਬਸ ਇਸੇ ਤਰ੍ਹਾਂ ਚੱਕੀਆਂ ਵਾਲੀ ਰਸਮ ਨੂੰ ਨਿਭਾਇਆ ਜਾਂਦਾ ਸੀ, ਜਿਹੜਾ ਕਿ ਅੱਜ ਦੇ ਟਾਈਮ ਵਿੱਚ ਚੱਕੀਆਂ ਵਾਲੀ ਰਸਮ ਤਕਰੀਬਨ ਖਤਮ ਹੀ ਹੋ ਚੁੱਕੀ ਹੈ। ਹੁਣ ਚੱਕੀਆਂ ਲਾਉਣ ਦੀ ਰਸਮ ਨਾ ਕਿ ਜਮੇ ਹੀ ਬਿਲਕੁਲ ਹੀ ਖਤਮ ਜਾਂ ਅਲੋਪ ਹੋ ਚੁੱਕੀ ਹੈ। ਹੁਣ ਸਾਰੀ ਪਿਆਈ ਆਟਾ ਚੱਕੀਆਂ 'ਤੇ ਕੀਤੀ ਜਾਂਦੀ ਹੈ, ਜਿਹੜੀਆਂ ਕਿ ਇੰਜਨਾਂ ਜਾਂ ਬਿਜਲੀ 'ਤੇ ਚੱਲਦੀਆਂ ਹਨ। ਦੇਖਿਆ ਹੀ ਹੋਣਾ, ਵੱਡੀਆਂ ਮੋਟਰਾਂ ਲੱਗੀਆਂ ਹੁੰਦੀਆਂ ਹਨ। ਇਹ ਹੁਣ ਤਾਂ ਬਹੁਤੇ ਵਿਆਹ ਵੀ ਮੈਰਿਜ ਪੈਲਸਾਂ ਵਿੱਚ ਹੋਣ ਲੱਗ ਪਏ ਹਨ। ਮੈਰਿਜ ਪੈਲਸਾਂ ਵਾਲੇ ਹੀ ਮਿਠਾਈਆਂ ਅਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਆਪ ਕਰਦੇ ਹਨ, ਜਿਸ ਕਰਕੇ ਅੱਜ ਕੱਲ੍ਹ ਚੱਕੀਆਂ ਦਾ ਪਿਆਉਣ ਵਾਲੀ ਰਸਮ ਦਾ ਰਿਵਾਜ ਬਿਲਕੁਲ ਖਤਮ ਹੀ ਹੋ ਚੁੱਕਿਆ ਹੈ। ਹੁਣ ਤਾਂ ਪੈਲਸ ਵਾਲਿਆਂ ਦੀ ਹੀ ਸਾਰੀ ਸਿਰਦਰਦੀ ਹੁੰਦੀ ਹੈ, ਘਰ ਦੇ ਵਿੱਚ ਫੰਕਸ਼ਨ ਵੀ ਕਰਨੇ ਬਿਲਕੁਲ ਤਕਰੀਬਨ ਖਤਮ ਹੀ ਹੋ ਚੁੱਕੇ ਹਨ, ਅਤੇ ਪੈਲਸਾਂ ਵਿੱਚੋਂ ਹੀ ਲੋਕ ਰਿਸ਼ਤੇਦਾਰ ਆ ਕੇ ਚਲੇ ਜਾਂਦੇ ਹਨ, ਅਤੇ ਘਰਾਂ ਦੇ ਵਿੱਚ ਵੀ ਨਹੀਂ, ਵਿਆਹ ਵੀ ਸਾਰਾ ਇੱਕ ਦਿਨ ਵਾਂਗ ਹੀ ਰਹਿ ਚੁੱਕਿਆ ਹੈ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਕਿ ਪਹਿਲਾਂ ਦੇ ਸਮਿਆਂ ਵਿੱਚ ਕਿੱਦਾਂ ਘਰਾਂ ਵਿੱਚ ਹੀ ਆਟਾ ਦਾਲਾਂ ਨੂੰ ਪੀ ਕੇ ਅਤੇ ਘਰ ਦੇ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਸਨ। ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਦੱਸਿਓ, ਅਤੇ ਇਸ ਰਸਮ ਦੇ ਬਾਰੇ ਕਿੰਨਾ ਕੁ ਜਾਣਦੇ ਸੀ ਉਸ ਬਾਰੇ ਵੀ ਦੱਸਿਓ।
ਮਿਲਦੇ ਹਾਂ ਆਪਾਂ ਜਲਦੀ ਨਵੀਂ ਵੀਡੀਓ ਦੇ ਨਾਲ, ਤਦ ਲਈ ਮੈਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।